ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਸਾਈਪ੍ਰਸ ਲਾਈਵ ਵਿੱਚ। ਦੋਸਤੋ ਤੁਸੀਂ ਦੇਖ ਰਹੇ ਹਾਂ ਸਾਡਾ ਯੂਟਿਊਬ ਚੈਨਲ ਸਾਈਪ੍ਰਸ ਲਾਈਵ। ਦੋਸਤੋ ਅੱਜ ਗੱਲ ਕਰਾਂਗੇ ਇਸ ਵੀਡੀਓ ਵਿੱਚ ਆਪਾਂ ਕੈਨੇਡਾ ਬਾਰੇ, ਕੈਨੇਡਾ ਦੀ ਇਮੀਗ੍ਰੇਸ਼ਨ ਵੱਲੋਂ ਜਿਹੜੀ ਨਵੀਂ ਅਪਡੇਟ ਆ ਰਹੀ ਆ ਉਸ ਬਾਰੇ ਗੱਲ ਕਰਨੀ ਆ ਆਪਾਂ ਇਸ ਵੀਡੀਓ ਦੇ ਵਿੱਚ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਸੋ ਪਹਿਲੀ ਗੱਲ ਕਰਾਂਗੇ ਆਪਾਂ ਕੈਨੇਡਾ ਦੀ ਜਿਹੜੀ ਨਵੀਂ ਅਪਡੇਟ ਆ ਰਹੀ ਆ ਵੀ ਜਦੋਂ ਵੀ ਤੁਸੀਂ ਕੈਨੇਡਾ ਵਿੱਚ ਐਂਟਰ ਹੋਵੋਗੇ, ਟੂਰਿਸਟ ਵੀਜ਼ੇ 'ਤੇ ਹੋਵੋਗੇ ਜਾਂ ਕਿਸੇ ਵੀ ਵੀਜ਼ੇ 'ਤੇ ਆਉਂਗੇ, ਉਹ ਤੁਹਾਡਾ ਸਾਰੀ ਡਿਟੇਲ ਆਪਣੇ ਕੋਲ ਰੱਖਣਗੇ। ਠੀਕ ਹੈ ਜੀ, ਅਤੇ ਇਸ ਡਿਟੇਲ ਰੱਖਣ ਦੇ ਕੀ ਇਫੈਕਟ ਹੋਣਗੇ ਉਸ ਬਾਰੇ ਆਪਾਂ ਇਸ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਅਤੇ ਦੂਜੀ ਜਿਹੜੀ ਅਪਡੇਟ ਆ ਵੀ ਕੈਨੇਡਾ ਵਿੱਚੋਂ 50,000 ਬੰਦਿਆਂ ਨੂੰ ਡਿਪੋਰਟ ਕਰਨ ਦੇ ਹੁਕਮ ਦੇ ਦਿੱਤੇ ਗਏ ਆ। ਠੀਕ ਹੈ ਜੀ, ਅਤੇ ਤੀਜੀ ਅਪਡੇਟ ਹੈ ਵੀ ਕੈਨੇਡਾ ਦੇ ਵਿੱਚ 2019 ਵਿੱਚ 3,41,000 ਬੰਦਾ ਆਇਆ ਸੀਗਾ ਇੰਟਰਨੈਸ਼ਨਲ ਬੰਦਾ, ਅਤੇ ਸਭ ਤੋਂ ਜ਼ਿਆਦਾ ਕਿਸ ਕੰਟਰੀ ਦੇ ਬੰਦੇ ਇਹ ਕੈਨੇਡਾ ਵਿੱਚ ਆਏ ਸੀ ਇਸ ਬਾਰੇ ਗੱਲ ਕਰਾਂਗੇ। ਸੋ ਦੋਸਤੋ ਹੁਣ ਆਪਾਂ ਪਹਿਲੀ ਗੱਲ ਕਰਦੇ ਹਾਂ ਵੀ ਕੈਨੇਡਾ ਦੇ ਵਿੱਚ ਜਿੱਦਾਂ ਵੀ ਤੁਹਾਡਾ ਉਹ ਸਾਰੀ ਡਿਟੇਲ ਰੱਖਣਗੇ, ਤੁਹਾਡਾ ਡਾਟਾ ਆਪਦੇ ਕੋਲ ਰੱਖਣਗੇ। ਠੀਕ ਹੈ ਜੀ, ਮੰਨ ਲਓ ਤੁਸੀਂ ਹੁਣ ਕੈਨੇਡਾ ਦੇ ਵਿੱਚ ਆਏ ਹਾਂ, ਭਲਾ ਟੂਰਿਸਟ ਆਏ ਹਾਂ ਜਾਂ ਸਟੂਡੈਂਟ ਆਏ ਹਾਂ ਜਾਂ ਕਿਸੇ ਵੀ ਵੀਜ਼ੇ 'ਤੇ ਆਏ ਹਾਂ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਜਾਂ ਤੁਸੀਂ ਰਿਫਿਊਜੀ ਅਪਲਾਈ ਕਰਦੇ ਹਾਂ ਜਾਂ ਤੁਸੀਂ ਕੁਛ ਵੀ ਕੰਮ ਕਰਦੇ ਹਾਂ ਜਾਂ ਵਰਕ ਵੀਜ਼ਾ ਲੈਂਦੇ ਹਾਂ ਜਾਂ ਕੁਛ ਵੀ ਕਰਦੇ ਹਾਂ ਨਾ ਸਟੂਡੈਂਟ ਆਣ ਕੇ, ਅਤੇ ਉਸ ਤੋਂ ਬਾਅਦ ਤੁਸੀਂ ਜਦੋਂ PR ਅਪਲਾਈ ਕਰਦੇ ਹੋ ਤੁਹਾਡਾ ਸਾਰਾ ਰਿਕਾਰਡ ਜਿਹੜਾ ਵਾ ਉਹ ਖੋਲ੍ਹ ਕੇ ਦੇਖ ਸਕਦੇ ਆ। ਅਤੇ ਇਸ ਤਰ੍ਹਾਂ ਉਸ ਤੁਹਾਡੇ PR ਅਪਲਾਈ ਕਰਨ 'ਤੇ ਜਾਂ ਕਿਸੇ ਵੀ ਤੁਹਾਡੇ ਇਸ 'ਤੇ ਕਾਫੀ ਜ਼ਿਆਦਾ ਫਰਕ ਪਊਗਾ। ਠੀਕ ਹੈ ਜੀ, ਆਉਣ ਵਾਲੇ ਸਮੇਂ ਵਿੱਚ ਜਦੋਂ ਤੁਸੀਂ ਇਹ ਹਜੇ ਤੱਕ ਨਹੀਂ ਚਾਲੂ ਹੋਇਆ, ਜਦੋਂ ਵੀ ਇਹ ਚਾਲੂ ਹੋ ਗਿਆ ਸਿਸਟਮ ਹੈ ਤੁਹਾਨੂੰ ਹੌਲੀ ਹੌਲੀ ਪਤਾ ਲੱਗਣਾ ਸ਼ੁਰੂ ਹੋ ਜੂਗਾ ਵੀ ਇਹਦਾ ਕੀ ਫਰਕ ਪੈਂਦਾ, ਕਿੰਨਾ ਕੁ ਇਹਦਾ ਅਸਰ ਆ। ਠੀਕ ਹੈ ਜੀ, ਦੂਜੀ ਗੱਲ ਆ ਵੀ ਕੈਨੇਡਾ ਦੇ ਵਿੱਚੋਂ ਜਿਹੜੀ ਸੀਗੀ 50,000 ਬੰਦੇ ਨੂੰ ਡਿਪੋਰਟ ਕਰਨ ਦੇ ਹੁਕਮ ਕੀਤੇ ਹੋਏ ਆ। ਠੀਕ ਹੈ ਜੀ, ਉਹਨਾਂ ਨੂੰ ਡਿਪੋਰਟ ਕੀਤਾ ਹੋਇਆ ਵਾ, ਅਤੇ ਸਭ ਤੋਂ ਜ਼ਿਆਦਾ ਨਾਈਜੀਰੀਆ ਦੇ ਲੋਕ ਸੀਗੇ। ਠੀਕ ਹੈ ਜੀ, ਅਤੇ ਹਜੇ ਇਹ ਬੰਦੇ ਜਿਹੜੇ ਆ ਹਜੇ ਤੱਕ ਡਿਪੋਰਟ ਨਹੀਂ ਹੋਏ ਕਿਉਂਕਿ ਇਹਨਾਂ ਨੇ ਆਪਣੀਆਂ ਅਪੀਲ ਲਾਈਆਂ ਹੋਈਆਂ ਵਾ ਆਪਣੇ ਆਪਣੇ ਵਕੀਲਾਂ ਦੇ ਕੋਲ, ਜੱਜਾਂ ਦੇ ਕੋਲ। ਠੀਕ ਹੈ ਜੀ, ਅਤੇ ਤੀਜੀ ਜਿਹੜੀ ਅਪਡੇਟ ਆ ਕੈਨੇਡਾ ਦੇ ਵਿੱਚ 2019 ਵਿੱਚ 3,41,000 ਬੰਦੇ ਇੰਟਰਨੈਸ਼ਨਲ ਆਏ ਸੀਗੇ। ਸਭ ਤੋਂ ਜ਼ਿਆਦਾ ਬੰਦੇ ਓਨਟਾਰੀਓ ਵਿੱਚੋਂ ਆਏ ਸੀਗੇ, ਅਤੇ ਠੀਕ ਹੈ ਜੀ, ਦੂਜੇ ਨੰਬਰ 'ਤੇ ਆਪਣੇ ਇੰਡੀਆ ਦੇ ਵਿੱਚ ਆਏ ਸੀਗੇ, ਇੰਡੀਆ ਦੇ ਵਿੱਚੋਂ ਆਏ ਸੀ 85,000 ਬੰਦੇ, ਓਨਟਾਰੀਆ 'ਚੋਂ ਆਏ ਸੀ 1,50,000 ਬੰਦੇ। ਸੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ, ਰੱਬ ਰਾਖਾ।